music. For more information, log into www.mytvc.us. Fun ka hangama, My TV Radio. Welcome to the world of entertainment, connecting people with culture. Enjoy one app for TV shows and 24/7 music. For more information, log into www.mytvc. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮੋਨੀ ਗਿੱਲ ਔਰ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਲੋ ਜੀ, ਪ੍ਰੋਗਰਾਮ ਰੀਸਟਾਰਟ ਕੀਤਾ ਹੈ ਬਿਕੋਜ਼ ਆਫ ਇੰਟਰਨੈਟ ਇਸ਼ੂ। ਆਈ ਹੈਵ ਨੋ ਆਈਡੀਆ, ਕਦੇ ਇਸ ਤਰ੍ਹਾਂ ਪਹਿਲਾਂ ਹੋਇਆ ਨਹੀਂ। ਔਰ ਵਾਪਸ ਸਭ ਦਾ ਸਵਾਗਤ ਹੈ ਮਾਈ ਟੀਵੀ 'ਤੇ। ਔਰ ਅੱਜ ਦੇ ਜਿਹੜੇ ਫਨਕਾਰ ਨੇ, ਵਨ ਆਫ ਮਾਈ ਆਲ ਟਾਈਮ ਫੇਵਰੇਟ ਮਦਦ ਅਲੀ ਜੀ, ਔਰ ਇਹਨਾਂ ਦੀ ਖਾਸੀਅਤ ਹੈ ਕਿ ਗਜ਼ਲ ਸਿੰਗਿੰਗ ਦੇ ਵਿੱਚ ਇਹਨਾਂ ਦੀ ਪਕੜ ਬਹੁਤ ਸਟਰੋਂਗ ਹੈ। ਔਰ ਅੱਜ ਅਸੀਂ ਟ੍ਰਿਬਿਊਟ ਪੇਸ਼ ਕਰ ਰਹੇ ਹਾਂ ਆਲ ਦੇ ਗਜ਼ਲ ਆਰਟਿਸਟ। ਅਤੇ ਜ਼ਿਆਦਾ ਡਿਲੇ ਨਾ ਕਰਦੇ ਹੋਏ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਅਸੀਂ ਇੰਟਰਨੈਟ ਇਸ ਤੋਂ ਪਹਿਲਾਂ ਕਿ ਜਾਂ ਇੰਡੀਆ ਜਾਂ ਸਾਡੀ USA ਦਾ ਹੀ ਫੇਲ ਹੋ ਜਾਵੇ, ਅਤੇ ਅਸੀਂ ਫਟਾਫਟ ਉਹਨਾਂ ਨੂੰ ਔਨਲਾਈਨ ਪਾਈਏ ਔਰ ਇਸ ਲੌਂਗ ਵੀਕਐਂਡ ਨੂੰ ਚਿਲ ਕਰੀਏ ਤੁਹਾਡੇ ਸਾਰਿਆਂ ਦੇ ਨਾਲ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਾਈ ਟੀਵੀ 'ਤੇ ਪਾਉਂਦੇ ਹਾਂ ਮਦਦ ਅਲੀ ਜੀ ਨੂੰ। ਮਦਦ ਅਲੀ ਜੀ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਬੈਕ ਔਨ ਮਾਈ ਟੀਵੀ। ਔਰ ਲਓ ਜੀ, ਅੱਜ ਦੇ ਪ੍ਰੋਗਰਾਮ ਦੀ ਆਗਾਜ਼ ਕਰਦੇ ਹਾਂ ਔਰ ਜਿਹੜੇ ਆਪਾਂ ਟ੍ਰਿਬਿਊਟ ਪੇਸ਼ ਕਰ ਰਹੇ ਹਾਂ ਜਿੰਨੇ ਗਜ਼ਲ ਸਿੰਗਰਸ ਨੇ, ਅਤੇ ਕਿਉਂਕਿ ਪ੍ਰੋਗਰਾਮ ਦੁਬਾਰਾ ਸ਼ੁਰੂ ਕੀਤਾ ਹੈ ਅਤੇ ਇਹੀ ਹੁਣ ਪ੍ਰੋਗਰਾਮ ਅਸੀਂ ਚਲਾਵਾਂਗੇ। ਪਹਿਲੇ ਵਾਲਾ ਤਾਂ ਅਸੀਂ ਹੁਣ ਡਿਲੀਟ ਮਾਰਾਂਗੇ ਕਿਉਂਕਿ ਉਹ ਇੰਟਰਪਟ ਹੋ ਗਿਆ ਸੀਗਾ ਵਿੱਚ ਹੀ। ਅਤੇ ਦੱਸੋ ਕਿ ਕਿਹਨਾਂ ਨੂੰ, ਕਿਹਦੇ ਤੋਂ ਸ਼ੁਰੂਆਤ ਕਰਨਾ ਚਾਹੋਗੇ, ਕਿਹੜੇ ਸਿੰਗਰ ਤੋਂ ਔਰ ਕਿਹੜੀ ਗਜ਼ਲ ਤੋਂ? ਜੀ, ਮੈਂ ਸਤਿੰਦਰ ਸਾਹਿਬ ਤੋਂ ਸਟਾਰਟ ਕਰਾਂਗਾ, ਉਹਨਾਂ ਦੀ ਗਜ਼ਲ ਗਾਵਾਂਗਾ। ਜੀ, ਹੋ ਜਾਏ ਫਿਰ, ਓਵਰ ਟੂ ਯੂ। ਔਰ ਇਹ ਖਸੂਸ ਬਿਲਖਸੂਸ ਡੋਲੀ ਆਪੀ, ਮਨੀ ਭਰਦਵਾਜ ਜੀ, ਪਵਨ ਜੀ, ਜੀ ਇਹ ਸਾਰੇ ਲੋਕਾਂ ਨੂੰ ਡੈਲੀਗੇਟ ਹੈ। ਵਾਹ ਜੀ ਵਾਹ, ਥੈਂਕ ਯੂ। ਸੁਣ ਵਰਨਾ
बात है, क्या बात है। और कुलदीप, तबले बारे कुछ कहना चाहोगे? नहीं, पहले तो मदद जी बारे कुछ कहूँगा। कमाल मदद जी, मेरे कहने तो पहला जगपाल कौर जी, तुहानू मेरी मासी जी देख nice रहे ने। जलंधर तो, पंजाब तो, मासी जी बहुत बहुत स्वागत है माई टीवी ते। रतन शर्मा बॉम्बे तो, हुसालाल भगत राम जी दे पोतरे ने। क्या बात है रतन भाई, वेलकम। सोनी सिंह इज वॉचिंग फ्रॉम कैलिफोर्निया, बॉब सिंह इज वॉचिंग। मनी भरद्वाज लिख रहे हैं, वाह क्या बात, क्या मदत अली भाई, आपके गाने का स्टाइल सभी सिंगर से अलग है, क्या बात है। लवजीत बाकर जी, लवजीत माय फेवरेट सिंगर ने जी, पंजाब दी आन बान शान, और जेडे कराने तो बिलोंग करते ने उस्ताद बाकर जी दे शगिर्द ने, और क्या कमाल गांदे है, बहुत बहुत स्वागत है। रिश्ते में तो हम इनके भुआ लगते हैं। वंस अगेन थैंक यू सो मच फॉर ज्वाइनिंग अस ऑन। गुलाम अकबर तानो दिल हाथ फुल, पता नहीं की भेज रहे ने, दीदी की लिख रहे ने, दीदी लिख रहे ने, वाह वाह, मदम भाई नहीं है, मदद भाई है दीदी, मदद लिखना होना। लवजीत बाकर जी ने लिखा, क्या बात है, हुण मदद अली जी वाकई तुहाडा नाम मदद अली लिखा गया, क्या कमाल है, कमाल। कहते हैं कि मैं शो के शुरुआत से दस्या सीगा कि जो कुछ काम करन चाहिए तो कही दा कि या अली मदद, कि मैनु मदद दई अगे जान ली, ते तुहाडा ना ही मदद है, तुहाडे बारे असी की कहिए, शुरुआत ही नहीं खूबसूरत है। मैं इस प्रोग्राम दे विच इक जरूरी गल कहनी चाहवांगा कि जी
ਇਹ ਪ੍ਰੋਗਰਾਮ ਮੇਰਾ ਮਨੀ ਭਰਦਵਾਜ ਜੀ ਉਹਨਾਂ ਦੀ ਰੈਫਰੈਂਸ ਦੇ ਨਾਲ ਹੋ ਰਿਹਾ ਪ੍ਰੋਗਰਾਮ। ਥੈਂਕ ਯੂ। ਅੱਲਾ ਪਾਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇਸ ਵਕਤ ਮਨੀ ਭਾਈ ਬਹੁਤ ਲਾਜਵਾਬ ਤਬਲਿਸਟ ਨੇ, ਮਾਲਕ ਉਹਨਾਂ ਨੂੰ ਜ਼ਿੰਦਗੀ ਦੇਵੇ, ਬਹੁਤ ਵੱਡਾ ਨਾਮ ਦੇਵੇ, ਅੱਲਾ ਉਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ ਔਰ ਬਹੁਤ ਅੱਛਾ ਕੰਮ ਕਰਨ ਆਪਣੇ ਫਿਊਚਰ ਦੇ ਵਿੱਚ। ਇਹ ਉਹਨਾਂ ਦੇ ਹੀ ਰੈਫਰੈਂਸ ਦੇ ਨਾਲ ਹੋ ਰਿਹਾ, ਮੇਰੇ ਭਰਾ ਦੇ ਰੈਫਰੈਂਸ ਜੀ ਨਾਲ। ਬਿਲਕੁਲ। ਔਰ ਇਹ ਮਨੀ ਭਰਦਵਾਜ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਬਹੁਤ ਬਹੁਤ ਲੈਜੈਂਡ ਹੋਣ ਕਹਿ ਵਾਲੇ ਰਹੇ ਨੇ, ਔਰ ਤਬਲੇ ਦੇ ਜੀ ਕੁਝ ਕਹਿਣਾ? ਬਲਕਿ ਆ ਕੁਝ ਲੇਜੈਂਡ। ਕਹਿ ਰਹੇ ਸੀ। ਹਾਂਜੀ ਮਦਦ ਜੀ, ਤੁਸੀਂ ਮਨੀ ਜੀ ਦਾ ਨਾਂ ਲਿਆ। ਮਨੀ ਤਾਂ ਆਉਣ ਵਾਲੇ ਸਮੇਂ ਦਾ ਇੱਕ ਉਸਤਾਦ ਹੋਣਾ ਫੋਰ ਸ਼ੋਰ, ਯੂ ਨੋ, ਉਹ ਹਾਂ ਤਾਂ ਉਡਾਨ ਭਰ ਚੁੱਕਿਆ। ਬਸ ਉਹਨੇ ਆਪਣੀ ਜਗ੍ਹਾ ਵੀ ਬਣਾ ਲਈ ਹੈ, ਲੋਕੇਸ਼ਨ ਵੀ ਪਤਾ ਲੱਗ ਗਈ ਹੈ, ਔਰ ਜੀਵਨ ਸਾਥੀ ਵੀ ਲੱਭ ਲਿਆ। ਸੋ ਉਹਨੇ ਸਾਰਾ ਕੁਝ ਕਰ ਲਿਆ ਗਿਆ। ਇਸ ਮੁੰਡੇ ਬਾਰੇ ਗੱਲ ਕਹੂੰਗਾ ਮੈਂ ਜਿਹੜਾ ਤੁਹਾਡੇ ਨਾਲ ਬੈਠਾ ਹੈ। ਆਈ ਥਿੰਕ ਇਹਦਾ ਨਾਂ ਕਾਸਿਮ ਅਲੀ ਹੈ, ਰਾਈਟ? ਕਾਸਿਮ ਅਲੀ ਤਬਲੇ 'ਤੇ, ਬਹੁਤ ਬੜੇ ਬਾਪ ਦਾ ਬੇਟਾ ਹੈ ਸਜਾਦ ਅਲੀ ਖਾਨ ਸਾਹਿਬ। ਕਿਆ ਬਾਤ ਹੈ। ਉਸਤਾਦ ਸ਼ਬਦ ਸਾਹਿਬ ਦੇ ਸ਼ਾਗਿਰਦ ਸਨ ਜੀ ਸਾਡੇ ਪਾਕਿਸਤਾਨ ਦੇ ਵਿੱਚ। ਮੀਆਂ ਸਾਹਿਬ ਦੇ ਜਿਹੜੇ ਸ਼ਾਗਿਰਦਾਂ ਦੀ ਲਿਸਟ ਹੈ ਨਾ, ਉਹਦੇ ਵਿੱਚ ਤਾਰੀ ਸਾਹਿਬ ਤੋਂ ਬਾਅਦ ਅਗਰ ਸਾਡੇ ਪਾਕਿਸਤਾਨ 'ਚ ਕਿਸੇ ਤਬਲੀਗ ਦਾ ਨਾਮ ਬੋਲਿਆ ਤਾਂ ਸਜਾਦ ਅੰਕਲ ਸਨ। ਕਿਆ ਬਾਤ ਹੈ। ਬਹੁਤ ਸਨ। ਸਾਡਾ ਵੀ ਪ੍ਰਣਾਮ ਹੈ ਉਹਨਾਂ ਨੂੰ। ਉਹਨਾਂ ਦੇ ਔਰ ਚਰਨਾਂ ਨੂੰ ਸਾਡਾ ਪ੍ਰਣਾਮ ਹੈ। ਲੇਕਿਨ ਕਾਸਿਮ ਅਲੀ ਕੀ ਉਮਰ ਕੀ? ਕਾਸਿਮ ਅਲੀ ਹਾਊ ਓਲਡ ਆਰ ਯੂ? ਉਮਰ ਕੀ ਤੁਹਾਡੀ? ਮੇਰੀ ਏਜ ਹੈ ਕਿੰਨੀ? 20। ਸਰ ਸੁਣਾਈ ਨਹੀਂ ਦਿੱਤਾ, ਥੋੜਾ ਜ਼ੋਰ ਸੇ ਆਵਾਜ਼ ਦਿਖਾ ਲਓ ਬੇਟਾ। ਜ਼ੋਰ ਲਾਓ ਬੇਟਾ। ਸਰ ਭਾਜੀ 18, 18। ਅੱਛਾ ਚਲੋ, ਲੇਕਿਨ 18, ਓਕੇ। ਮੈਂ ਤੈਨੂੰ ਦੱਸਾਂ, ਤੈਨੂੰ ਪਤਾ ਟੀ ਸ਼ਰਟ ਤੇ ਕੀ ਤੇਰੇ ਬਣਿਆ? ਕੀ ਬਣਿਆ ਉਹਨੂੰ ਖੁਦ ਨੂੰ ਨਹੀਂ ਪਤਾ? ਨਹੀਂ ਪਤਾ? ਇਹ ਇਹ ਆਈਫਲ ਟਾਵਰ ਹੈ ਜਿਹੜਾ ਤੇਰੀ ਟੀ ਸ਼ਰਟ ਤੇ, ਔਰ ਇਹ ਦੁਨੀਆ ਦੇ 7 ਅਜੂਬਿਆਂ ਚੋਂ ਇੱਕ ਹੈਗਾ ਕਿ ਸਾਰੀ ਦੁਨੀਆ ਇਹਨੂੰ ਦੇਖਣ ਜਾਂਦੀ ਹੈ। ਪੈਰਿਸ ਬੇਟਾ, ਜਿਸ ਘਰ ਘਰਾਣੇ 'ਚ ਤੂੰ ਬਿਲੋਂਗ ਕਰਨਾ, ਔਰ ਜਿਵੇਂ ਤੇਰਾ ਹੱਥ ਹੈ, ਔਰ ਜੇ ਤੂੰ ਰਿਆਜ਼ ਕੀਤਾ, ਆਉਣ ਵਾਲਾ ਇੱਕ ਟਾਈਮ ਹੋਏਗਾ ਕਿ ਦੁਨੀਆ ਦਾ ਹਰ ਸਿੰਗਰ ਸੋਚੇਗਾ ਕਿ ਮੈਂ ਇਹਦੇ ਨਾਲ ਬਹਿਣਾ, ਇਹ ਤਬਲੇ ਤੇ ਹੋਵੇ ਮੇਰੇ ਨਾਲ। ਬਸ ਰਿਆਜ਼ ਨਹੀਂ ਛੋੜਨਾ ਔਰ ਐਸੀ ਅੱਛਾ ਬਜਾਤੇ ਰਹੋ, ਬਹੁਤ ਅੱਛਾ ਬਜਾਇਆ। ਕਮਾਲ ਦਾ ਹੱਥ ਹੈ ਯਾਰ, ਕਮਾਲ। ਬਹੁਤ ਸ਼ੁਕਰੀਆ ਜੀ। ਸ਼ੁਰੂਆਤ 'ਚ ਹੀ ਪਤਾ ਲੱਗ ਗਿਆ ਕਿ ਇਹ ਲੰਬੀ ਰੇਸ ਦਾ ਘੋੜਾ ਹੈ। ਬਿਲਕੁਲ। ਔਰ ਬੜੇ ਖੁਸ਼ ਨਸੀਬ ਵੀ ਹੋ ਕਿ ਐਸੇ ਆਰਟਿਸਟ ਕੇ ਸਾਥ ਬੈਠ ਕਰ ਬਜਾ ਰਹੇ ਹੋ, ਮਦਦ ਅਲੀ ਜੀ, ਕਿਉਂਕਿ ਇਹ ਐਸੇ ਘਰਾਣੇ ਸੇ ਬਿਲੋਂਗ ਕਰਤੇ ਹੈਂ। ਹਮਾਰਾ ਸਲਿਊਟ ਹੈ ਉਸ ਘਰਾਣੇ ਕੋ, ਹਮਾਰੇ ਪ੍ਰਣਾਮ ਹੈ ਉਸ ਘਰਾਣੇ ਕੋ ਜਿਸ ਘਰਾਣੇ ਤੋਂ ਮਦਦ ਜੀ ਬਿਲੋਂਗ ਕਰਦੇ। ਔਰ ਮਦਦ ਜੀ ਹੁਣ ਵਾਪਸ ਤੁਹਾਡੇ ਤੇ ਆਨੇ ਆ, ਤੇ ਆਪਣੀ ਜਰਨੀ ਦੱਸੋ ਤੁਸੀਂ ਕਿ ਕਦੋਂ ਤੋਂ ਤੁਸੀਂ ਆਪਣੀ, ਆਫ ਕੋਰਸ ਸਾਡੇ ਜਿੰਨੇ ਵੀ ਸਿੰਗਰ ਨੇ ਕਹਿੰਦੇ ਬਚਪਨ ਸੇ ਗਾ ਰਹਾ ਹੂੰ, ਤੁਹਾਡਾ ਬਚਪਨ ਕਦੋਂ ਸ਼ੁਰੂ ਹੋਇਆ ਗਾਉਂਦੇ ਗਾਉਂਦੇ? ਜੀ ਬਚਪਨ ਚ ਤਾਂ ਮੇਰੇ ਵਾਲਿਦ ਸਾਹਿਬ ਬਹੁਤ ਅੱਛਾ, ਮੈਂ ਉਹਨਾਂ ਦਾ ਗਾਣਾ ਸੁਣਿਆ, ਬਹੁਤ ਹੀ ਅੱਛਾ ਸੁਣਿਆ। ਸ਼ਕੂਰ ਅਲੀ ਖਾਨ ਸਾਹਿਬ ਉਹਨਾਂ ਦਾ ਨਾਮ ਸੀ, ਤੇ ਬਚਪਨ ਚ ਆਪਣੇ ਬੂਨ ਸੁਣਦਾ ਹੁੰਦਾ ਸੀ। ਬਸ ਬਦਕਿਸਮਤੀ ਕਿ ਮੇਰਾ ਬਹੁਤ ਬਚਪਨਾ ਸੀ, ਮੈਂ 8 ਸਾਲ ਦਾ ਸੀ, ਮੇਰੇ ਵਾਲਿਦ ਸਾਹਿਬ ਫੌਤ ਹੋ ਗਏ। ਓ ਸੌਰੀ। ਠੀਕ ਹੈ। ਉਹਨਾਂ ਤੋਂ ਬਾਅਦ ਮੈਂ ਇਹ ਪਲਾਨ ਕੀਤਾ, ਬਚਪਨ ਚ ਕੀਤਾ ਸੀਗਾ ਕਿ ਮੈਂ ਵੀ ਗਾਣਾ ਤੇ ਆਪਣੇ ਅੱਬੂ ਦਾ ਨਾਮ ਰੋਸ਼ਨ ਕਰਨਾ ਹੈ, ਸ਼ਕੂਰ ਅਲੀ ਖਾਨ ਸਾਹਿਬ, ਤੇ ਬਚਪਨ ਤੋਂ ਸਟਾਰਟ ਲਿਆ। ਹਾਂਜੀ। ਅਤੇ ਮੈਂ ਕਿਉਂਕਿ ਤੁਹਾਡਾ ਬਾਇਓ ਜਿਹੜਾ ਹੈਗਾ ਚ ਲਿਖਿਆ ਨਾ ਸ਼ਾਮ 84 ਘਰਾਣਾ, ਅਤੇ ਥੋੜ੍ਹੀ ਜਿਹੀ ਜਰਨੀ ਉਹਦੇ ਪਾਸੇ ਵੀ ਥੋੜ੍ਹੀ ਰੋਸ਼ਨੀ ਪਾਓ ਕਿ ਕਿਸ ਤਰ੍ਹਾਂ ਸ਼ਾਮ 84 ਘਰਾਣੇ ਨਾਲ ਕਿਸ ਤਰ੍ਹਾਂ ਜੁੜੇ ਹੋ। ਮੇਰੇ ਦਾਦਾ ਜੀ ਮਨਜ਼ੂਰ ਸਿੰਘ ਸ਼ਾਮੀ ਸਾਹਿਬ, ਉਸਤਾਦ ਸਲਾਮਤ ਅਲੀ ਖਾਨ ਸਾਹਿਬ ਔਰ ਉਸਤਾਦ ਨਿਆਜ਼ ਸਿੰਘ ਸ਼ਾਮੀ ਸਾਹਿਬ, ਕੀ ਬਾਤ, ਇਹ ਤਿੰਨੋਂ ਸਿਆਸੀਆਂ ਦੀ ਔਲਾਦ ਨੇ। ਅੱਛਾ, ਵਾਹ ਵਾਹ। ਮੇਰੇ ਰਿਸ਼ਤੇ 'ਚ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦਾਦਾ ਜੀ ਵੀ ਲੱਗਦੇ ਨੇ, ਕਿਉਂਕਿ ਮੇਰੇ ਅੱਬੂ ਮੇਰੇ ਦਾਦਾ ਜੀ ਦੇ ਕਜ਼ਨ ਨੇ। ਹਾਂਜੀ। ਫਿਰ ਮੇਰੇ ਵਾਲਦ ਸਾਹਿਬ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਦੇ ਬਕਾਇਦਾ ਗੰਢਾ ਬੰਦ ਸ਼ਾਗਿਰਦ ਨੇ, ਸ਼ਕੂਰ ਅਲੀ ਖਾਨ, ਉਸਤਾਦ ਸਲਾਮਤ ਅਲੀ ਖਾਨ ਸਾਹਿਬ ਜੀ ਦੇ। ਕੀ ਬਾਤ, ਕੀ ਬਾਤ। ਤੇ ਰਿਸ਼ਤੇ 'ਚ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਮੇਰੇ ਅੱਬੂ ਦੇ ਚਾਚਾ ਜੀ ਵੀ ਲੱਗਦੇ ਸਨ। ਉਸਤਾਦ ਨਜ਼ਾਕਤ ਅਲੀ ਖਾਨ ਸਾਹਿਬ ਦਾ ਜਿਹੜੀ ਉਹਨਾਂ ਦੀ ਪਹਿਲੀ ਸ਼ਾਦੀ ਹੈ, ਉਹ ਮੇਰੇ ਦਾਦਾ ਅੱਬੂ ਦੀ ਛੋਟੀ ਭੈਣ ਅੰਮਾ ਅੰਮਾ ਬਾਲਾ ਨੂੰ ਕਹਿੰਦੇ ਸੀ, ਉਹਨਾਂ ਦੇ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ, ਔਰ ਮੇਰੀ ਨਾਨੀ ਅੰਮਾ ਦੀ ਭੈਣ ਸੀ ਸਕੀ। ਵਾਹ ਵਾਹ, ਕੀ ਬਾਤ ਹੈ। ਇਹ ਜਦੋਂ ਬੋਲਦੇ ਨੇ ਤੁਹਾਨੂੰ ਜਾਵੇਦ ਬਸ਼ੀਰ ਜੀ ਨਜ਼ਰ ਆਉਂਦੇ ਨੇ ਵਿੱਚੋਂ, ਮੈਨੂੰ ਤਾਂ ਪੂਰਾ ਪਾਕਿਸਤਾਨ ਨਜ਼ਰ ਆ ਰਿਹਾ ਵਿੱਚ। ਮਤਲਬ ਜਾਵੇਦ ਬਸ਼ੀਰ ਸਾਹਿਬ ਜੀ, ਬਿਲਕੁਲ। ਅੱਛਾ, ਥੋੜ੍ਹਾ ਜਿਹਾ ਮਦਦ ਭਾਈ ਥੋੜ੍ਹਾ ਜਿਹਾ ਅੱਗੇ ਨੂੰ ਆਓ, ਮਾੜਾ ਜਿਹਾ ਖਿਸਕ ਕੇ ਥੋੜ੍ਹਾ ਜਿਹਾ ਅੱਗੇ ਨੂੰ ਆਓ। ਇਹ ਹਾਂ, ਬਸ ਹੁਣ ਤੁਹਾਡਾ ਚਿਹਰਾ ਥੋੜ੍ਹਾ ਜਿਹਾ ਨਜ਼ਰ ਆਵੇ ਜਦੋਂ ਗੱਲ ਕਰਦੇ ਨਾ। ਅਤੇ ਮੈਨੂੰ ਹੁਣ ਇਹ ਦੱਸੋ ਕਿ ਫਿਰ ਇਹ ਕਿਉਂ ਸੋਚਿਆ ਕਿ ਮੈਂ ਗਜ਼ਲ ਹੀ ਕਰਨੀ ਹੈ, ਕਿਉਂਕਿ ਤੁਹਾਡੇ ਖਾਨਦਾਨ ਦੇ ਵਿੱਚ ਸਭ ਕੁਝ ਹੀ ਹੈ, ਕੋਈ ਕਵਾਲੀ ਗਾ ਰਿਹਾ, ਕੋਈ ਗਜ਼ਲ ਗਾ ਰਿਹਾ ਹੈ, ਤੇ ਇਹ ਤੁਹਾਡਾ ਰੁਝਾਨ ਇਸ ਪਾਸੇ ਕਿਵੇਂ ਆਇਆ ਕਿ ਮੈਂ ਗਜ਼ਲ ਹੀ ਕਰਨੀ ਚਾਹੁੰਦਾ? ਅਸਲ 'ਚ ਮੌਨੀ ਆਪੀ ਮੇਰੇ ਵਾਲਦ ਸਾਹਿਬ ਗਜ਼ਲ ਗਾਉਂਦੇ ਸਨ, ਬਹੁਤ ਅੱਛੀ ਗਜ਼ਲ ਗਾਉਂਦੇ ਸਨ, ਉਹਨਾਂ ਨੂੰ ਯਾਨੀ ਕਿ ਜਿਹੜੇ ਵੱਡੇ ਲੋਕ ਨੇ ਉਹ ਵੀ ਸੁਣਦੇ ਸੀ।
ਮਹਿੰਦੀ ਸਾਹਿਬ ਵਰਗੇ ਲੋਕ ਮੇਰੇ ਅੱਬੂ ਨੂੰ ਪਿਆਰ ਕਰਦੇ ਸੀਗੇ। ਮੇਰੇ ਅੱਬੂ ਇੱਕ ਵਾਰੀ ਮਹਿੰਦੀ ਸਾਹਿਬ ਦੇ ਘਰ ਗਏ ਨੇ ਤੇ ਮਹਿੰਦੀ ਸਾਹਿਬ ਕਹਿੰਦੇ ਅੱਛਾ ਹੋਇਆ ਮੀਆਂ ਜੋ ਅੱਜ ਤੁਮ ਮਿਲਨੇ ਕੇ ਲਈ ਆ ਗਏ, ਆਜ ਤੁਮੇ ਸੁਣਨੇ ਕੋ ਦਿਲ ਚਾਹ ਰਹਾ ਥਾ, ਮਹਿੰਦੀ ਸਾਹਿਬ ਫਰਮਾਉਂਦੇ। ਕਿਆ ਬਾਤ ਹੈ, ਬਹੁਤ ਵੱਡੀ ਦੁਨੀਆ ਮਹਿੰਦੀ ਸਾਹਿਬ। ਤੇ ਮੇਰੇ ਅੱਬੂ ਗਾਏ ਨੇ ਤੇ ਮਹਿੰਦੀ ਸਾਹਿਬ ਯਾਨੀ ਕਿ ਸੁਣ ਕੇ ਰੋ ਰਹੇ ਨੇ ਮੇਰੇ ਵਾਲਾ ਸਾਹਿਬ ਨੂੰ, ਇੰਨਾ ਯਾਨੀ ਕਿ ਮੇਰੇ ਅੱਬੂ ਸੋਚ ਸਨ। ਔਰ ਉਹਨਾਂ ਲਈ ਦੇਖ ਕੇ ਮੈਨੂੰ ਵੀ ਗਜ਼ਲ ਦਾ ਹੀ ਸ਼ੌਕ ਹੋਇਆ, ਮੇਰੇ ਅੱਬੂ ਵੀ ਗਜ਼ਲ ਗਾਉਂਦੇ ਸੀ, ਮੈਨੂੰ ਵੀ ਗਜ਼ਲ ਨਾਲ ਹੀ ਪਿਆਰ ਹੋਇਆ ਜੀ। ਕਿਆ ਬਾਤ ਹੈ, ਜ਼ਬਰਦਸਤ। ਤੇ ਫਿਰ ਹੁਣ ਦੀਦੀ ਨੇ ਕੁਛ ਲਿਖਿਆ ਪੜ੍ਹਨਾ? दुनिया बहुत कुछ लिख रही है। सुरजीत सिंह वॉच कर रहे हैं, मज़र अब्बास क्या बात है मदत अली भाई। डॉली दीदी लिख रहे हैं कि मदत अली के अब्बू शकूर अली खां साहब जी बहुत ही बड़े आर्टिस्ट थे और उस्ताद सलामत अली खां साहब जी उनको बहुत पसंद बहुत करते थे। पसंद क्या करते बात थे। है। क्या सो बात। जिथे भी ने थोड़े अबू, अज साडा भी उन्हां दे चरणा दे विच प्रणाम है, साडा वालों भी, माई टीवी वालों भी। ते मदद भाई ਤੁਹਾਡੇ ਇਸ਼ਾਰੇ ਕਿੱਧਰ ਜਾ ਰਹੇ ਨੇ? ਮਦਰ ਮਦਦ ਭਾਈ ਪਸੀਨਾ ਪੂੰਝ ਰਹੇ ਹੋ? ਸਾਡੇ ਵਾਲੀ ਧਿਆਨ ਜੀ। ਅੱਛਾ, ਤੇ ਮੈਨੂੰ ਦੱਸੋ ਹੁਣ ਇਸ ਕੀ ਸੁਣਾਓਗੇ? ਔਰ ਜਿਹੜੇ ਬਿਹਾਈਂਡ ਦਾ ਸੀਨ ਪਿੱਛੇ ਕੈਮਰਾ ਦੇ ਕੋਲ ਅਗਰ ਕੋਈ ਹੈ ਬੱਚਾ, ਤੇ ਮੈਂ ਜ਼ਰੂਰ ਚਾਹਾਂਗੀ ਥੋੜ੍ਹਾ ਜਿਹਾ ਪੱਖਾ ਝੱਲੋ ਸਾਡੇ ਉਸਤਾਦ ਨੂੰ, ਕਿਉਂਕਿ ਅਸੀਂ ਪੱਖੇ, ਅਸੀਂ ਮੈਂ ਜਿਹੜੀ ਸਾਡੀ ਆਡੀਅੰਸ ਹੈ ਦੱਸ ਦੇਵਾਂ, ਪਾਕਿਸਤਾਨ ਵਿੱਚ ਬੇਹੱਦ ਗਰਮੀ ਹੈ ਔਰ ਅਸੀਂ ਪੱਖੇ ਬੰਦ ਕਰਾਏ ਹੈ। ਸੋ ਤੁਹਾਨੂੰ ਇੰਟਰਟੇਨ, ਬੜਾ ਵੱਡਾ ਇਮਤਿਹਾਨ ਹੋ ਰਿਹਾ, ਬਿਲਕੁਲ ਇਮਤਿਹਾਨ ਹੋ ਰਿਹਾ ਗਰਮੀ ਦੇ ਵਿੱਚ, ਔਰ ਤੁਹਾਨੂੰ ਚਿਲ ਕਰਾਉਣ ਦੇ ਚੱਕਰ ਦੇ ਵਿੱਚ ਇਹ ਆਪ ਵਿਚਾਰੇ ਪਸੀਨਾ ਪਸੀਨੀ ਹੋਏ ਨੇ। ਸੁਣੋ ਜੀ ਮਦਦ ਭਾਈ, ਹੁਣ ਦੱਸੋ ਕੀ ਸੁਣਾਓਗੇ ਜੀ? ਮੈਂ ਤੁਹਾਨੂੰ ਉਸਤਾਦ ਮੇਰੀ ਸੰਸਾਰ ਦੀ ਗਜ਼ਲ, ਬਹੁਤ ਦਿਨ ਆਵਾਜ਼ ਹੈ ਲੇਕਿਨ ਨਜ਼ਰ ਸ਼ਨਾਸ ਨਹੀਂ, ਉਹਨਾਂ ਦੀ ਗਜ਼ਲ ਸੁਣਾ। ਕੀ ਬਾਤ, ਆਲ ਟਾਈਮ ਫੇਵਰੇਟ। ਮਰਹਲੋ ਸੇ ਦੀਦਾ
ਅਜਬ ਮਰਹਲੋ ਸਦੀ ਸਹਿਰ ਯਾਸ ਹੈ Yeah.
कुछ अपने कमेंट तो पहला मज़र अब्बास क्या बात है कुलदीप आजी मोनी जी मेहताब मेहंदी हसन माशाल्लाह ये साढ़े नेक्स्ट आर्टिस्ट वाह क्या बात है विवेक कलजुरकर बहुत खूब तरलोक सिंह नागला इज वाचिंग हरनूर साडा सुपरस्टार आ गया सतनिंदर बोदल कीप गोइंग हां मैं पढ़ूंगा सतनिंदर नु मैनु पूरा टाइम देना पड़ेगा हां डॉली दीदी वेलकम मेहताब जी मज़र अब्बास बहुत अच्छे हो दीदी बलजिंदर सिंह मेरे मास्टर जी बहुत खूब कुलदीप जी मोनी जी मनी भरद्वाज सुबहान अल्लाह मंजर अब्बास क्या बात है मदत अली भाई बड़े लोग फ्रॉम अली नकी अल्ताफ मेहंदी क्या बात है अरे वाह मोहम्मद अली माशाल्लाह वेरी नाइस उस्ताद जी विभा श्रीवास्तव क्या बात है आज कोई फरमाइश नहीं करनी पड़ेगी खुद बेखुद पूरी हो जाएगी बिल्कुल सही बात है क्योंकि विभा आज हम गज़ल सिंगरों को जितने भी गज़ल सिंगर्स हैं हमारे दी लेजेंड्स उनको ट्रिब्यूट पेश कर रहे हैं और मदद जी हमारी इसमें मदद कर रहे हैं मदद जी ने कमेंट बहुत ज़रूरी ने सुनाने मनी भरद्वाज मदद भाई अंतरे का बहुत मज़ा आ गया वाह जी वाह क्या बात है मनी थैंक यू थोड़ा ही दिता हुआ आर्टिस्ट है अज बलजिंदर सिंह तबले की क्या बात डॉली दीदी सज्जाद अली खान साहब हमारे घर आए थे दिल्ली अच्छा? बहुत ही कमाल आर्टिस्ट बेटा भी बहुत अच्छा बजा रहा है बिल्कुल बेटा डॉली दीदी तो कमेंट मिलना ना बहुत बड़ी ब्लेसिंग है समझो कि देवी माँ ने आशीर्वाद देता है बिल्कुल सही है बिल्कुल आशीर्वाद मिलता वाकई विभा श्रीवास्तव लिख रहे ने बहुत मजा आया सतनिंदर सिंह बोदल नाउ मैनू हुण टाइम चाहिदा है ए साडा पंजाब दी हिंदुस्तान दी साडे खानदान दी साडी बरादरी दी शान और जिवें कलगी कहिंदा ना पग दे उत्ते कलगी लाई दी है 84 कराने दी आन बान शान ने सो प्राउड टू हैव यू सतनिंदर बोदल ऑन माई टीवी और जदों तुहाडे वर्गा आर्टिस्ट कमेंट लिखदा एक होर अच्छे आर्टिस्ट लई ਉਹ ਸੋਨੇ ਪੇ ਸੁਹਾਗਾ ਹੁੰਦਾ ਇੱਥੋਂ ਹੀ ਦਰਸਾਉਂਦਾ ਹੈ ਕਿ ਹਾਓ ਬਿਊਟੀਫੁਲ ਆਰਟਿਸਟ ਯੂ ਆਰ ਜਦੋਂ ਇੱਕ ਆਰਟਿਸਟ ਦੂਸਰੇ ਆਰਟਿਸਟ ਨੂੰ ਪ੍ਰੇਜ਼ ਕਰਦਾ ਨਾ ਤਾਂ ਉਹ ਉਸ ਤੋਂ ਜ਼ਿਆਦਾ ਮਜ਼ੇਦਾਰ ਗੱਲ ਨਹੀਂ ਹੋ ਸਕਦੀ ਉਸ ਤੋਂ ਜ਼ਿਆਦਾ ਖੂਬਸੂਰਤ ਗੱਲ ਨਹੀਂ ਹੋ ਸਕਦੀ ਸੋ ਹੋਰ ਲੋਕਾਂ ਨੇ ਬੜੇ ਦਿਲ ਫੁੱਲ ਸਭ ਕੁਛ ਭੇਜੇ ਨੇ ਲੇਕਿਨ ਮਦਦ ਅਲੀ ਬਾਈ ਕੀ ਬਾਤ ਹੈ ਤੁਸੀਂ ਜਿਹੜੀ ਸ਼ੁਰੂਆਤ ਕੀਤੀ ਉਹ ਸ਼ੁਰੂਆਤ 'ਚ ਤੁਸੀਂ ਇੱਕ ਸ਼ਾਮ 84 ਘਰਾਣੇ ਦਾ ਅੰਗ ਵੀ ਲੈ ਕੇ ਗਏ ਹੋ ਤੁਸੀਂ ਇਹ ਦੱਸਤਾ ਕਿ ਉਹ ਵੀ ਮੇਰੇ ਕੋਲ ਹੈ ਉਹਨੂੰ ਗਜ਼ਲ 'ਚ ਕਿਵੇਂ ਲੈ ਕੇ ਆਉਣਾ ਹਲੇ ਤੇ ਹਲੇ ਹੌਲੀ ਹੌਲੀ ਗਰਮ ਹੋ ਰਹੇ ਨੇ ਔਰ ਮੈਂ ਦੱਸਾਂ ਇਹ ਰਾਤ ਨੂੰ ਕੌਨਸਰਟ ਕਰਕੇ ਆਏ ਨੇ ਔਰ ਇਹ ਥੱਕੇ ਵੀ ਹੋਏ ਨੇ ਹਾਲਾਂਕਿ ਗਲਾ ਹਲੇ ਥੱਕਿਆ ਹੋਇਆ ਤਾਂ ਇੰਨੀ ਅੱਛੀ ਆਵਾਜ਼ ਆ ਰਹੀ ਹੈ ਇਮੈਜਿਨ ਕਰੋ ਕਿ ਜਦੋਂ ਸਾਡੇ ਕੋਲ ਸਾਊਂਡ ਸਿਸਟਮ ਹੁੰਦਾ ਅੱਛੇ ਵੱਡੇ ਵੱਡੇ ਮਾਈਕਰੋਫੋਨ ਹੁੰਦੇ ਨੇ ਸੋਹਣਾ ਸਪੀਕਰ ਹੁੰਦਾ ਤਾਂ ਕਿੰਨੀ ਅੱਛੀ ਹੋਰ ਆਵਾਜ਼ ਆਵੇ ਹਲੇ ਅਸੀਂ ਸਿਰਫ ਇੰਟਰਨੈਟ ਦੇ ਜ਼ਰੀਏ ਫੋਨ ਦੇ ਸਪੀਕਰ ਦੇ ਥਰੂ ਇਹ ਆਵਾਜ਼ ਸੁਣ ਪਾ ਰਹੇ ਹਾਂ ਔਰ ਇੰਨੀ ਅਮੇਜ਼ਿੰਗ ਆਵਾਜ਼ ਆ ਰਹੀ ਹੈ ਸੋ ਮਦਦ ਜੀ ਅਗਰ ਹੁਣ ਤੁਹਾਨੂੰ ਥੋੜ੍ਹੀ ਕੰਟਰੋਵਰਸੀ ਵੀ ਦੇ ਵਿੱਚ ਪਾਈਏ ਕਿਉਂਕਿ ਤੁਸੀਂ ਗਜ਼ਲ ਸਿੰਗਰ ਹੋ ਤੁਹਾਡਾ ਸਭ ਤੋਂ ਜ਼ਿਆਦਾ ਫੇਵਰੇਟ ਗਜ਼ਲ ਆਰਟਿਸਟ ਕੌਣ ਹੈ
जी मेरे सब तो ज्यादा सब तो ज्यादा मेरे गुलाम अली साहब। क्या आ बात मेरे भी है। सही गल है उस्ताद जी, लव यू उस्ताद जी। हाँ जी दसो। ओके और उस तो बाद ए लव यू थोड़े वास्ते नहीं सी, गुलाम अली खान साहब वास्ते सी। मैं क्लियर क्लियर कर दिया नहीं तो मेरा छोटा भरा है। अच्छा सेकंड नंबर तक अगर क्या जावे नहीं मदर जी, सेकंड नहीं, नंबर नहीं, नंबर नहीं दे सकते। अच्छा चलो ना सही, हाँ मतलब चलो मैं खुद नहीं नंबर दे सकती पर कई अंग ऐसे अच्छा होंगे अच्छा किसी इन आर्टिस्ट नहीं से। करने, इन्ने सारे गजल सिंगर ने दुनिया च, हाँ गुलाम अली खान साहब दी केड़ी ऐसी गल है जड़ी तानू इन्नी पा गई कि तोड़े दिल दे क्लोज आ गए? उन्होंने जी कोई एक गल होगी तो दसीए, क्या बात, उन्होंने खूबी सीखियां पे मुख दी उन्होंने बिल्कुल सही गल है, बिल्कुल सही गल है। हुण गुलाम अली गजल के पहले तो अंतरस्थाई दे मजा आ गया कि सुभान अल्लाह क्या अच्छा अंतरस्थाई, फिर उस चुनाव दी वेरिएशन जगह लेनी है, फिर पलटे दा स्टाइल, फिर अगर इधरों हटते ने तो बाजा एडा सोहना बजाने लग पेंदे ने, बाजे दा मजा खत्म हुंदा ते लयकारी असी दिखाण लग पेंदे ने, यानी कि कुछ ना कुछ वो कर ही जांदे ने कि सुभान अल्लाह। मैं बहुत उन्हां दा फैन हां गुलाम अली साहब दा। ते हुण दसो उन्हां दी केड़ी फेवरेट गजल है जिहड़ी तुसीं अज साडे नाल सांझी करना चाहोगे? उन्होंने की गजल है जी, तुसी सुनी होगी, जहां तलक भी ये सहरा दिखाई देता है। क्या हाँ बात जी है, वाह, मतलब अज ऐसा जिन्नी जिन्नी मुश्किल चीजां ने अज मदद ने सारियां गाणियां ने बस जी ट्रिब्यूट है सारे फनकारां नू मेरी तरफों, ते क्योंकि सारे साडे बल्कि सारे साडे असातजा ने साडे टीचर ने बिल्कुल सानू इन्हां कोलों कुछ मिले है सारे ऑफकोर्स कोलों। बिल्कुल। ते मदर जी बिफोर तुसी गाना स्टार्ट करो, बिफोर पानी शुरू पूनी पीना करिए, चाहोगे? बिफोर शुरू करिए, मैं एक और कमेंट जरूर पढ़ांगा। सतनिंदर सिंह बोदल लिख रहे ने, गायक कमाल मदद अली जी, बा कमाल साड़ी जोड़ी, शुक्रिया प्यार ली। थैंक यू और वाहिगुरु करे तुसी इदां ही नाम रोशन कर दो, करदे रहो, ना सिर्फ हिंदुस्तान दा म्यूजिक, म्यूजिक दा जिहड़ा क्लासिकल इंडियन क्लासिकल म्यूजिक है उहदा तुसी मोढ़ा कहिंदे ना अपने मोढ़े दे भार संभालिया, सो प्राउड ऑफ यू, गो फॉर इट मदद भाई। सफा बात है, आओ जी आओ, वेलकम माय टीम ते जी आया नु। वेलकम जी। ए जी सजाद अली खान साहब दे बड़े भरा ने, उन्होंने पता नहीं सी प्रोग्राम दा, लेकिन चलो आमद साडे लई बहुत खुशी दी गल है। जी साडे आया वालों नु जी, भी जी बहुत बहुत आया। स्वागत है, वेलकम जी माई टीवी ते। सागा बाबा नि सनी बागा नि बागा बागा सनी गे सनी पानी साफा मगा गे 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 Saga baba gama bani baba ni sani pa ni pa maga bani pa gama ga saga ni sa pa ni sa pa maga ni ga sa. Jaha talak ye sehra dikhai de ta hai saad tu di. Jaha talak
मदद भाई वन ऑफ द डिफिकल्ट उस्ताद गुलाम अली खान साहब की कोई भी चीज़ सौखी है ही नहीं पहली गल तो क्योंकि वह गुंजाइश ही नहीं छड़ते इन्नी टाइट रखते हैं अपनी कंपोजिशंस नू और कमाल गाया और बेटा आप बहुत अच्छा बजा रहे हैं बहुत अच्छा बजा रहे हैं मे गॉड ब्लेस यू कासिम विभा श्रीवास्तव लिख रहे हैं इतने बड़े उस्ताद को तबले पर संगत देना कुछ तो ऊपर वाले ने अलग बना कर भेजा बेटे आपको। वो इतने बड़े बाप की औलाद है विभा की वो फिर कहते हैं ना नस्ल में आती है वो बात आती है तो बस ये सर पे ना चढ़े इनू पुत्र सर सिर ते नहीं चकना इनू इनू होर रियाज करना है और रियाज दे नाल तेनू मदद भाई अर्गे सिंगरां दी बहुत लोड़ है क्योंकि ये उस्ताद आदमी है इन यही ने जड़े तेनू असल च तराशन गे यही ने तेनू कसौटी ते खड़ा करनगे और इन्हां दा मतलब ऐसे ही टाइप दे जड़े सिंगर ने बहुत वड्डी गल है कि इन्हां नाल जदों वजांदे हो ना ते सिखण दा मौका मिलदा है। बलजिंदर सिंह लिख रहे ने वेरी गुड तबला वादक जबरदस्त सुभान अल्लाह विभा श्रीवास्तव सोनी मोनी मंगा गुड वन थैंक यू। मजर हुसैन हाशमी हाशमी जी कैसे हैं स्वागत है माई टीवी पर सत श्री अकाल मजर भाई मजर भाई का तो फेवरेट है मुझे लगता है क्योंकि सुरस्तान पे हमेशा जो देखो मदद सुरस्तान पे पाए जाते हैं
ते विभा श्रीवास्तव, उम्र में कितना अंतर उस्ताद जी, तबला प्लेयर लेकिन जबरदस्त। डॉली हाँ दीदी लिख रहे हैं, फरमाइश परवेज मेहंदी खान साहब जी की एक गजल, टूट जाए ना भरम। हाँ क्या बात है दीदी, थोड़े ते भी सुभान अल्लाह दीदी, माशाल्लाह। मैनू लगता है डॉली दीदी ना ओ सिंगरां दे लिए ओ ने, हाँ आशीर्वाद है, ब्लेसिंग्स ने। वाकई आशीर्वाद है। हाँ जी चलो, और कासिम अली, तेरे बारे एक गल कहूँगा कि जिस हिसाब नाल तुसी बजा रहे हो ना, और जिस हिसाब नाल तुसी रियाज करके अगे जाओगे, तुसी कासिम अली नहीं, तुसी कमाल अली बन जाओगे। कमाल अरे वाह, कासिफ कमाल अली है ना, लेकिन ये ताई होएगा जे छड़ेगा नहीं, बजांदा रहेगा जी, बिल्कुल जी। है ना, क्योंकि असं कई बार ऐसे भी उस्ताद वेखते हैं बचपन च कमाल गाते सी, लेकिन वो हूँ बचपन च नहीं, उन्होंने शाबाशी मिल चुकी है कि वड्डे होके फिर वो खत्म हो जाते, वो नहीं काम करना। तो इनू इनू क्योंकि हाथ बहुत खूबसूरत हाथ है और बहुत अच्छियाँ बजा, बहुत अच्छा बजाते हो, दिमाग जेन बहुत अच्छा है, पता है कितने तिहाई मैं करनी है, कितने मैं ताल मतलब दुगन करनी है ज़्यादा, हालांकि कुलदीप दसणगे तबले का। मदद जी, तानू एक होर पाकिस्तान के बहुत अच्छे तबला प्लेयर अनिल सनी सनी जिमी वॉच कर रहे हैं, तानू अरे सलाम लिख रहे हैं। वेरी स्वीट पर्सन, लाजवाब भरा है जी, बहुत बंदा सलामत लाजवाब। रखे। इस टाइम मुंडिया के सनी भाई बहुत अच्छे ने। आ जाओ आ जाओ सर, अपना ही घर है, को आ जाओ, अपना ही टीवी है को सर। माई टीवी है, अपना ही माई का मतलब मेरा, सो आज आते जाए। कोई कमाल दा शो है, कोई आ रहा है, कोई जा रहा है, कोई परवाह नहीं किसी गल नहीं, दी। कोई गल नहीं, क्योंकि ऐसे दरवाजे से बैठे हैं। इट्स ओके, सो मच ब्लेसिंग। मदद जी, डॉली जी दीदी ने फरमाइश की है परवेज मेहंदी खान साहब दी। ए डोली दीदी वास्ती है जी। ठीक है जी। जी
मुश्किल होंदा लोगों को मैं गल दसदा कि एक आर्टिस्ट जो परफॉर्म करता एक आर्टिस्ट सो एक डिफरेंट स्टेज च होंदा लेकिन कभी थोड़ी बहुत इंटरप्शन वगैरह हो जाए वापस मूड च फिर उस मूड च आना तुहाडे वर्गे आर्टिस्ट ही कर सकते हैं कि अपने आप तोड़ना और फिर उस रंग चले लै टुटदी है तो फिर वापस लै नू जोड़ना बड़ा एक आर्टिस्ट का यह इम्तिहान ही होंदा तो अज पूरा इम्तिहान अज मदद अली का अज पूरा इम्तिहान लै रहा रब चौधरी लिख रहे दिस इज द फर्स्ट टाइम आई एम हियरिंग मदद सिंह मदद जी सिंगिंग आई एम ऑलरेडी स्पीचलेस प्रणाम मदद जी क्या बात है श्रिया बहुत अच्छे सिंगर ने कमाल दे ता ही एक अच्छा आर्टिस्ट उसे अच्छे ने पहचान सकता ना ईजे ब्रांड तानू देख रहे ने ईजे ब्रांड तानू हार्ट पेजे सतपाल सिंह ब्राड तानू देख रहे ने वर्जीनिया दे लीडर ने बहुत वड़े एजाज हुसैन तानू सलाम वालेकुम एजाज भाई लिख रहे ने राहुल राय जी लव यू फॉरएवर राहुल राय जी साड़ी बॉलीवुड दे आन पान शान ने आशिक किस तरह बनी दा इन्होंने सिखाया कि मुंडिया अगर आशिकी करी दी है तो किस तरह करी दी है ये फिल्म आशिकी दे सुपरस्टार राहुल जी बहुत बहुत स्वागत है माई टीवी ते श्रिया चौधरी लिख रहे ने लकी कौर अग्रीड वॉज गोइंग टू से द सेम थिंग आई एम प्राउड ऑफ यू ऑलवेज डॉली दीदी वाह 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 मदद जी कमाल जो दो घराना का मिक्सचर जरा सीखे और उन्होंने इन्नी खूबसूरती नाल पेश कीता है गया ते अच्छा मदद अली जी नूं पुछदे आ घर दे विच इन्ने सारे सिंगर्स ने बा कमाल एक तो एक है ना वध के चढ़ के ते जदों आपस च तुसी सारे इकट्ठे हुंदे हो
जावेद भाई, अकबर भाई, इमरान, तुसी या होर भी जिन्हें माई टीवी दे हाले जिहड़े नहीं भी आए, तो वह किस तरह तुसी आपस दे विच घर दे विच किहो जिहा माहौल हुंदा जदों तुसी इकट्ठे हुंदे हो सारे? ਅਸੀਂ ਸੰਗੀਤ ਹੀ ਹੁੰਦਾ ਹੈ ਚਾਚੂ ਜਵੇਦ ਦਾ, ਜਦੋਂ ਵੀ ਜਾਈਏ ਨਾ, ਅੱਲਾ ਉਹਨੂੰ ਸਲਾਮਤ ਰੱਖੇ, ਸਾਡੇ ਖਾਨਦਾਨ ਦਾ ਫਖਰ ਨੇ ਜਵੇਦ ਬਸ਼ੀਰ ਸਾਹਿਬ। ਬਸ ਉਹਨਾਂ ਦਾ ਇਹ ਦਿਲ ਹੁੰਦਾ ਕਿ ਮਿਊਜ਼ਿਕ ਹੋਵੇ, ਸਾਡਾ ਵੀ ਇਹ ਦਿਲ ਹੁੰਦਾ ਕਿਸੇ ਨੂੰ ਸੁਣੀਏ, ਬਸ ਯਾਰ ਵਾਜਾ ਮੰਗਵਾਓ, ਆਹ ਬਈ ਮੇਰਾ ਖਾਨਦਾਨ ਚ ਨਾਮ ਅੱਲਾ ਰੱਖਾ ਮੈਨੂੰ ਰੱਖੇ ਕੰਮ ਸੁਣਾ, ਮੈਂ ਚਾਚੀ ਅਸੀਂ ਤੁਹਾਨੂੰ ਕੀ ਸੁਣਾਉਣਾ, ਤੁਸੀਂ ਤਾਂ ਆਪ ਵੱਡੇ ਫਨਕਾਰ ਹੋ, ਨਹੀਂ ਯਾਰ ਤੂੰ ਸੁਣਾ, ਫਿਰ ਸਭ ਮੇਰੇ ਕੋਲੋਂ ਵੀ ਸੁਣਨਾ, ਫਿਰ ਆਪ ਤਾਂ ਬਹੁਤ ਅੱਛਾ ਗਾਉਂਦੇ ਨੇ, ਸਿੱਧਾ ਅਸੀਂ ਤਾਂ ਮੇਰਾ ਖਿਆਲ ਕਿ ਬਹੁਤ ਵੀ ਰਿਆਜ਼ ਕਰ ਲਈ ਤੁਸੀਂ ਉਹਨਾਂ ਵਰਗਾ ਨਹੀਂ ਗਾ ਸਕਦੇ, ਬਹੁਤ ਵੱਡੇ ਫਨਕਾਰ ਨੇ, ਫਿਰ ਉਹਨਾਂ ਨੂੰ ਵੀ ਸੁਣੋ ਹੁੰਦਾ ਸਾਨੂੰ। ਕਿਆ ਬਾਤ ਹੈ। ਸੋ ਤੇ ਹੁਣ ਮੈਨੂੰ ਇੱਕ ਗੱਲ ਦੱਸੋ, ਇੰਡੀਆ ਵਾਲੇ ਸਾਈਡ ਕੈਸੇ ਐਸੇ ਕਿਹੜੇ ਐਸੇ ਗਜ਼ਲ ਸਿੰਗਰਸ ਨੇ ਜਿਹੜੇ ਤੁਹਾਨੂੰ ਲੱਗਦੇ ਨੇ ਕਿ ਤੁਸੀਂ ਉਹਨਾਂ ਨੂੰ ਰੂਹ ਨਾਲ ਸੁਣਦੇ ਹੋ? ਇੰਡੀਆ ਹਿੰਦੁਸਤਾਨ ਵਾਲੇ ਪਾਸੇ ਕਿਹੜੇ ਗਜ਼ਲ ਸਿੰਗਰ? ਹਰੀਹਰਨ ਜੀ ਨੇ ਇੰਡੀਆ, ਹਾਂ ਇੰਡੀਆ ਦੇ ਵਿੱਚ ਜੀ ਮੈਨੂੰ ਹਿਮਾਂਸ਼ੂ ਸ਼ਰਮਾ ਜੀ ਬਹੁਤ ਪਸੰਦ ਨੇ, ਬਹੁਤ ਅੱਛੀ ਗੱਲ ਲਗਾਉਂਦੇ ਨੇ ਭਾਈ। ਕਿਆ ਬਾਤ ਹੈ। ਅੱਛਾ ਜੀ, ਜੈਸਮ ਸ਼ਰਮਾ, ਹਾਂਜੀ, ਫਿਰ ਉਹ ਪ੍ਰਿਥਵੀ ਗੰਦਰਬ, ਵਾਹ ਵਾਹ ਵਾਹ, ਕਿਆ ਬਾਤ ਹੈ, ਇਹ ਤਿੰਨ ਲੜਕੇ ਬਹੁਤ ਅੱਛੀ ਗੱਲ ਕਰ ਰਹੇ ਨੇ, ਸਾਡੇ ਸਾਡੇ ਮਾਈ ਟੀਵੀ ਦੇ ਸਟਾਰ ਨੇ ਜੀ ਇਹ ਤਿੰਨੋਂ, ਉਹਦੇ 'ਚ ਹੁਣ ਚੌਥਾ ਸਟਾਰ ਤੁਸੀਂ ਵੀ ਬਣ ਗਏ ਹੋ ਮਾਈ ਟੀਵੀ ਦੇ, ਵੈਸੇ ਤਾਂ ਤੁਸੀਂ ਹੈਗੇ ਹੀ ਹੋ, ਲੇਕਿਨ ਮਾਈ ਟੀਵੀ ਵੱਲੋਂ ਵੀ ਇੱਕ, ਜਦ ਤੱਕ ਆਉਂਦੇ ਨਹੀਂ ਤਾਂ ਸਾਨੂੰ ਪਤਾ ਨਹੀਂ ਨਾ ਵੀ ਜਿਹੜੀ ਸਾਡੀ ਆਡੀਅੰਸ ਉਹਨਾਂ ਨੇ ਨਹੀਂ, ਬਹੁਤ ਮਾਈ ਟੀਵੀ ਵਾਲੀ ਦੀ ਆਡੀਅੰਸ ਨੇ ਨਹੀਂ ਸੁਣਿਆ। ਸੋ ਇਹ ਐਸੇ ਬਿਹਤਰੀਨ ਆਰਟਿਸਟ ਨੇ ਆਉਣ ਵਾਲੇ ਟਾਈਮ ਦੇ ਵਿੱਚ ਐਸੇ ਗਜ਼ਲ ਸਿੰਗਿੰਗ ਨੂੰ ਸੰਭਾਲ ਕੇ ਰੱਖਣ ਵਾਲੇ। ਔਰ ਅਗਰ ਪੁਰਾਣਿਆਂ ਦੇ ਦੇਖਿਆ ਜਾਏ, ਕਿਉਂਕਿ ਹਰੀਹਰਨ ਜੀ ਨੂੰ ਸੁਣਿਆ ਤੁਸੀਂ ਜੀ? ਕਿਆ ਬਾਤ ਹੈ, ਸੁਭਾਨ ਅੱਲਾ ਜੀ, ਵੱਡੇ ਆਰਟਿਸਟ ਨੇ ਜੀ, ਬਿਲਕੁਲ। ਔਰ ਜਗਜੀਤ ਸਿੰਘ ਜੀ ਨੇ, ਮਤਲਬ ਸਾਡੇ ਵਾਲੇ ਪਾਸੋਂ ਹਿੰਦੁਸਤਾਨ ਵਾਲੇ ਪਾਸੋਂ ਇਹ ਐਸੇ ਨਾਮ ਨੇ ਜਿਹੜੇ ਦੋ ਬਹੁਤ ਖਾਸ ਨੇ ਗਜ਼ਲ ਸਿੰਗਿੰਗ ਜੀ। ਵਿਭਾ ਤੁਮ ਬਤਾਨਾ, ਵਿਭਾ ਬਹੁਤ ਅੱਛੀ ਮਿਊਜ਼ਿਕ ਦੀ ਨੌਲੇਜ ਰੱਖਦੇ ਹੈ, ਕਿ ਤੇਰੇ ਦਿਮਾਗ 'ਚ ਕੋਈ ਆ ਰਿਹਾ? ਕਿਉਂਕਿ ਮੇਰਾ ਤਾਂ ਦਿਮਾਗ ਅੱਜ ਕੰਪਿਊਟਰ ਨੇ ਖਰਾਬ ਕਰ ਦਿੱਤਾ। ਔਰ ਮਦਦ ਜੀ, ਅੱਛਾ ਮਦਦ ਅਲੀ ਜੀ, ਇੱਕ ਗੱਲ ਪੁੱਛਾਂਗਾ, ਮਿਊਜ਼ਿਕ ਜੀ, ਬਿਲਕੁਲ ਬਿਲਕੁਲ ਹੋ ਜਾਏ। ਕਿਆ ਬਾਤ ਹੈ, ਜ਼ਬਰਦਸਤ, ਹੀ ਇਜ਼ ਵਨ ਆਫ ਮਾਈ ਫੇਵਰੇਟ ਟੂ। ਔਰ ਕੁਛ ਹੁਣ ਕਹਿਣ ਵਾਲੇ ਸੀ ਤੁਸੀਂ ਮਦਦ ਜੀ ਨੂੰ? ਹਾਂ ਮਦਦ ਜੀ, ਮੈਂ ਪੁੱਛਣਾ ਚਾਹੁੰਦਾ, ਸੰਗੀਤ ਤੋਂ ਇਲਾਵਾ, ਮਿਊਜ਼ਿਕ ਤੋਂ ਇਲਾਵਾ ਹੋਰ ਕਿਸ ਚੀਜ਼ ਦਾ ਸ਼ੌਂਕ ਹੈ? ਕੋਈ ਪੜ੍ਹਾਈ ਸ਼ੜਾਈ, ਕੋਈ ਕੋਈ ਹੋਰ ਕੰਮ? ਜੀ ਸ਼ਿਕਾਰ, ਮਿਊਜ਼ਿਕ ਤੋਂ ਇਲਾਵਾ ਮੈਨੂੰ ਦਾ ਬਹੁਤ ਸ਼ੌਂਕ ਹੈ। ਕਾਹਦਾ? ਬਸ ਕੁਝ ਮਿਊਜ਼ਿਕ ਹੀ, ਦੁਆ ਲੈ, ਸੌਣ ਦਾ, ਖਾਣ ਦਾ, ਪੀਣ ਦਾ, ਦੌੜਨ ਦਾ, ਹੋਰ ਕੁਝ ਸ਼ੌਂਕ ਨਹੀਂ? ਕਰੇਲੇ ਗੋਸ਼ਤ ਦਾ ਬੜਾ ਸ਼ੌਂਕ ਹੈ, ਉਹ ਤੇ ਮੈਨੂੰ ਲੱਗਦਾ ਨੈਸ਼ਨਲ ਡਿਸ਼ ਹੋ ਜਾਣੀ ਹੈ ਬਹੁਤ ਜਲਦ। ਮਾੜਾ ਜਿਹਾ ਤਬਲੇ ਵਾਲੇ ਨੂੰ ਵੀ ਖਵਾਇਆ ਕਰੋ, ਬੇਚਾਰਾ ਸੁੱਕ ਗਿਆ ਕਹਿੰਦਾ। ਚਲੋ ਅੱਛੀ ਗੱਲ, ਹੈਲਥੀ ਰਹਿਣਾ ਬਹੁਤ ਇੰਪੋਰਟੈਂਟ ਹੈ, ਸਿਹਤ ਦਾ ਧਿਆਨ ਰੱਖਦਾ। ਅਤੇ ਮਦਦ ਭਾਈ, ਹੁਣ ਇਸ ਤੋਂ ਪਹਿਲਾਂ ਕਿ ਇੰਟਰਨੈਟ ਸਾਡਾ ਫਿਰ ਗੁਆਚ ਜੇ, ਤਾਂ ਅਸੀਂ ਤੁਹਾਨੂੰ ਕਹਾਂਗੇ ਕਿ ਸਾਨੂੰ ਹੁਣ ਕਿਹੜੇ ਖਾਨ ਸਾਹਿਬ ਦੇ ਰਸ 'ਚ ਲੈ ਕੇ ਜਾ ਰਹੇ ਹੋ, ਕੀ ਸੁਣਾਓਗੇ? ਸਸਤੀ ਦਾ ਨਾਮ ਲਵਾਂਗਾ, ਮੇਰਾ ਉਹਨਾਂ ਨਾਲ ਬਹੁਤ ਜ਼ਿਆਦਾ ਵਕਤ ਗੁਜ਼ਰਿਆ, ਉਸਤਾਦ ਇਜਾਜ਼ ਕੈਸਰ ਖਾਨ ਸਾਹਿਬ, ਕਿਆ ਬਾਤ, ਮੇਰਾ ਬਹੁਤ ਵਕਤ ਗੁਜ਼ਰਿਆ ਉਹਨਾਂ ਦੇ ਨਾਲ, ਔਰ ਉਹਨਾਂ ਦੀ ਮੈਂ ਬਹੁਤ ਸੇਵਾ ਕੀਤੀ, ਉਹਨਾਂ ਦੀਆਂ ਲੱਤਾਂ ਕੁੱਟੀਆਂ, ਉਹਨਾਂ ਦੀਆਂ ਦੁਆਵਾਂ ਲਈਆਂ ਉਹਨਾਂ ਦੇ, ਬਲਕਿ ਮੈਨੂੰ ਇੰਝ ਸਮਝ ਲਓ ਕਿ ਮੈਂ ਉਹਨਾਂ ਦਾ ਸਟੂਡੈਂਟ ਹਾਂ, ਮੈਂ ਉਹਨਾਂ ਦਾ ਬਹੁਤ ਵਕਤ ਕੀਤੀ ਉਹਨਾਂ ਦੇ ਨਾਲ, ਉਹਨਾਂ ਨੇ ਵੀ ਮੇਰਾ ਬਹੁਤ ਕੀਤੀ, ਤੇ ਉਹਨਾਂ ਦੀ ਮੈਂ ਤੁਹਾਨੂੰ ਗਜ਼ਲ ਸੁਣਾ ਰਿਹਾ, ਆਂਖ ਬਰਸੀਏ ਤੇਰੇ ਨਾਮ ਪੇ ਸਾਵਨ ਕੀ ਤਰ੍ਹਾਂ, ਬੜੀ ਉਹਨਾਂ ਦੀ ਫੇਮਸ ਗਜ਼ਲ ਹੈ ਜੀ। ਔਰ ਸਪੈਸ਼ਲੀ ਮੈਨੂੰ ਮਨੀ ਭਾਈ ਨੇ ਵੀ ਕਿਹਾ ਸੀ, ਮਨੀ ਭਰਦਵਾਜ ਜੀ ਨੇ, ਕਿ ਇਹ ਗਜ਼ਲ ਲਾਜ਼ਮੀ ਗਾਣੀ ਸਾਗਾ ਮਾਦਾ ਨੀ ਸਤੀ ਦਾ ਗਮਰ ਮਾਦਾ ਨੀ ਸਾਗਾ ਮਰ ਨੀ ਦਾ ਗਮਰ ਰੇ 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 ਰੇ
जी एजाज खेसर जी, वन ऑफ माई फेवरेट ऑल्सो। अज तुसी ना बिल्कुल दुख दी रग ते हाथ रखा है मदद जी, क्योंकि अज आप जिहड़े जिहड़े सिंगरां नूं असीं गा रहे हैं और तुहाडे तों सुन रहे हैं, मतलब गा तुसी रहे हो सुन असीं रहे हैं, इह इक अपने अपने काम दे इह लोग लैजेंड्स होए ने। इन्होंने क्या कमाल गाया है और क्या कमाल इन्हों की जो कॉम्पोजिशंस ने, वट अ ब्यूटिफुल कॉम्पोजिशन ईच एंड एवरी आर्टिस्ट। हर बंदे का ता ही वो एक मज़ा आता उन्हों का सुनने का, क्योंकि उन्होंने अपनी जी स्टाइल है गाय गायकी की वह बहुत खूबसूरत है। तो मदत अली जी, आई नो कि तुसी अपने इस कीमती समय चो सानू थोड़ा जा कीमती समा दिता है और साड़ी एक एक लाइफ की जी ख्वाहिश है साड़ी पूरी की, असी बहुत लकी प्राउड फील करना है कि असी तुहानू सुन पाए। मेरी खुशनसीबी है जी, इन्ने प्यार करने वाले लोगों का मैं प्रोग्राम कर रहा हूं, मेरी खुशनसीबी है जी। ਤੁਸੀਂ ਬਹੁਤ ਪਿਆਰ ਦੇ ਲੋਗ ਹੋ, ਬਲਕਿ ਤੁਹਾਡੇ ਵਰਗਾ ਕੋਈ ਫਨਕਾਰ ਨੂੰ ਪਿਆਰ ਦੇ ਸਕਦਾ ਹੀ ਨਹੀਂ ਜੈਸਾ ਤੁਸੀਂ ਆਰਟਿਸਟਾਂ ਨੂੰ ਪਿਆਰ ਕਰਦੇ ਹੋ, ਚਾਹੇ ਕੋਈ ਬਹੁਤ ਬੜਾ ਹੋਵੇ ਚਾਹੇ ਕੋਈ ਮੇਰੇ ਵਰਗਾ ਛੋਟਾ ਜਿਹਾ ਫਨਕਾਰ ਹੋਵੇ। ਨਹੀਂ ਸਰ, ਤੁਸੀਂ ਛੋਟੇ ਨਹੀਂ ਹੋ, ਤੁਸੀਂ ਤੁਸੀਂ ਮੇਰੇ ਵੀਰ ਹੋ, ਛੋਟੇ ਨਹੀਂ। ਆਉਣ ਵਾਲੇ ਟਾਈਮ 'ਚ ਤੁਸੀਂ ਕਿਆ ਕਮਾਲ ਕਰਨ ਵਾਲੇ ਹੋ ਸਾਨੂੰ ਪਤਾ ਆਲਰੇਡੀ, ਤੁਸੀਂ ਆਲਰੇਡੀ ਆਪਣੇ ਆਪਣੇ ਕੰਮ ਦੇ ਬਹੁਤ ਵੱਡੇ ਹੋ, ਛੋਟੇ ਜ਼ਰੂਰ ਹੋ ਸਾਡੇ ਤੋਂ ਉਮਰ 'ਚ, ਲੇਕਿਨ ਆਪਣੇ ਕੰਮ ਦੇ ਬਹੁਤ ਵੱਡੇ ਹੋ। ਤੇ ਜੇ ਪੱਖਾ ਚਲਾਉਣਾ ਤਾਂ ਚਲਵਾ ਚਲਵਾ, ਆਈ نو ਇਟਸ ਇਟਸ ਬੈਡ, ਲੇਕਿਨ ਪੱਖਾ ਚੱਲ ਦੋ ਵਿਚਾਰੇ ਨੂੰ। ਅਸੀਂ ਅੱਜ ਦੀ ਸ਼ਾਮ ਸ਼ਾਇਦ, ਅੱਛਾ ਤੁਸੀਂ ਜਾਂਦੇ ਜਾਂਦੇ ਹੁਣ ਸਾਡੀ ਆਡੀਅנס ਨੂੰ, ਕਿਉਂਕਿ ਕੁਝ ਹੋਰ ਕੋਈ ਐਸਾ ਆਰਟਿਸਟ ਰਹਿ ਗਿਆ ਹੋਵੇ ਜਿਹਨੂੰ ਤੁਸੀਂ ਟ੍ਰਿਬਿਊਟ ਪੇਸ਼ ਕਰਨੀ ਚਾਹੋ, ਜਾਂ ਕੁਝ ਕਹਿਣਾ ਚਾਹੋਗੇ ਆਉਣ ਵਾਲੇ ਨਵੇਂ ਆਰਟਿਸਟਾਂ ਨੂੰ? ਆਪਣੇ ਵਾਲਾ ਸਾਹਿਬ ਦੀ ਤੁਹਾਨੂੰ ਗੱਲ ਸੁਣਾਵਾਂ। ਜੀ ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ ਜੀ, ਕਿਉਂ ਨਹੀਂ, ਕਿਉਂਕਿ ਪਹਿਚਾਨ ਮੇਰੇ ਆਪਣੇ ਵਾਲਾ ਸਾਹਿਬ ਦੇ ਨਾਲ ਆ, ਖਾਸ ਸ਼ੁਕਰ ਲਈ ਖਾਸ ਬਿਲਕੁਲ लास्ट ते वजन स्टाइल भी ना मैं तुम थोड़ा जा अपने वाले साहब का सुना रहा जो मैं वेरिएशन होगी मेरे वाले साहब का स्टाइल है। क्या बात है, थैंक यू सर। तारे ना तारे ना तारे Thank you.
मिले थे हम राह नसीब हो गई बात और क्या है दी शुरुआत तुसी कीती है ओह ओदा ही तुसी अपने आप कहंदे ना कि बन लिया इस गजल दी शुरुआत करन ते अमेजिंग सुर लाए ने और तबले वाला तो कहंदा मैं सो ही जावा थक गया मेरी आवाज सही सुनाई दे रही है चलो अच्छी गल है वंस अगेन मदद भाई बहुत बहुत थैंक यू और अखीरली जड़ी तुसी ये गज़ल कंपोजिशन अपने फादर साहब दी आज तुसी उन्होंने भी ट्रिब्यूट दिता और बड़ी ही खूबसूरत और बहुत ही खूबसूरत तरीके नाल तुसी गाई है कटी गई जुदाई मेरे को वर्ड्स नहीं है गे, बहुत ही खूबसूरत वर्ड्स और कंपोजिशन बहुत तगड़ी उपरों थोड़ा जरा तरीका है वह वर्सटाइल हाँ जी लेकिन हूँ आने वाले टाइम से असं जरूर कहेंगे कि आई विश कि तुहानू असीं बहुत जल्दी लाइव सुन सकी है लाइव मतलब आमने सामने अमेरिका च सुन सकी है ताकि ये जड़ा इंटरनेट दा जड़ा और बिजली दा जड़ा पंगा है ना विचों निकल जावे और असी लाइव एदा सामने बैठ के तुहानू सुन सकी है और साड़ी खुशकिस्मती होएगी ते एंड च मैं जिन्ने साडे सुनन वाले ने सारयां दा बहुत बहुत थैंक यू बहुत बहुत धन्यवाद जॉन एरिक जी कुछ लिख रहे ने जॉन एरिक लिख रहे ने वाह वाह क्या कहने मनी भारद्वाज लिख रहे ने सुभान अल्लाह उस्ताद शकूर अली खान साहब का गाने का स्टाइल पूरी दुनिया से अलग था वो बात मदद अली भाई में है थैंक यू और अगर अगर किसी ने कमेंट ऐसे नहीं पढ़ पाए या मिस हो गए तो प्लीज माफी चाहवांगे डिसहार्टन ना होना कोशिश करांगे कि असी तुहानू जवाब दे पाइए आफ्टर द शो क्योंकि कई बार पॉसिबल नहीं होंगे कि आर्टिस्ट के नाल असी म्यूजिक खुद भी इंजॉय कर रहे होंगे म्यूजिक लवर हाँ तो
ਜਦੋਂ ਉਹ ਗਾ ਰਹੇ ਹੁੰਦੇ ਨੇ ਤੇ ਉਹ ਆਪਣੇ ਰੰਗ ਦੇ ਵਿੱਚ ਸਾਨੂੰ ਰੰਗ ਲੈਂਦੇ ਆ। ਮੈਨੂੰ ਸੋ ਲੱਗ ਲਓ ਜੀ ਹੁਣ ਕੇ ਸਿਗਨਲ ਉਹਨਾਂ ਦੇ ਵੱਲੋਂ ਲੋ ਆ ਰਿਹਾ ਮਦਦ ਭਾਈ ਹੈਲੋ ਜੀ ਤੇ ਅਸੀਂ ਇਹ ਜ਼ਰੂਰ ਇੱਕ ਚਾਹਾਂਗੇ। ਹਾਂਜੀ हाँ, आ गया आ गया। ਆ ਗਏ ਵਾਪਸ ਆ ਗਏ ਜੀ। ਪਵਨ ਹੰਸ ਨੇ ਵੀ ਕੁਝ ਲਿਖਿਆ ਹੈ। पवन हंस क्या बात जी, क्या कहने। श्रिया चौधरी माई गॉड सो गुड, वो तो फैन होगी थैंक यू श्रिया। श्रेया जी। ते जी शुक्रिया जी। मदर जी वंस अगेन बहुत बहुत थैंक यू, थोड़ी पूरी टीम का, थोड़े कैमरे के पिछे बैठे उन्हों का, और बार बार जो कैमरे के पिछे तुम हवा दे रहे हैं उन्हों का, तबले ले जो सा यंग टैलेंट है उन्हों का। चल हंसिया तो सही ना तू, मैं क्या पक्के दे नाम तो ही सही पर हंसिया तो सही तू जरूर। हर उस बंदे जेड़ा उस जादू के दरवाजे चो अंदर आया ते बाहर गया, उन्हें सारे का बहुत बहुत थैंक यू। ते ऐसे नोट के नोट नाल ते असी असी तौर तो इजाजत लेने सर, फिर दोबारा जरूर मुलाकात करांगे। और थैंक यू वंस अगेन बहुत माई बहुत टीवी शुक्रिया वालों, जी, मोनी वालों, कुलदीप वालों, बहुत बहुत शुक्रिया मदर जी। थैंक यू सो मच। सत श्री अकाल, सत श्री अकाल, रब रखा। रब रख। लो जी अमेजिंग बहुत ही अमेजिंग वर्सेटाइल फनकार। आर्टिस्ट, बहुत ही और वर्सेटाइल हालांकि वाकई। इंटरनेट ने अज जान कढ छड्डी साडी, लेकिन उस तो बाद भी लेकिन इन्हां ने सानू मूड च बन के रखिया, क्योंकि कई बार ऐदा हुंदा कि तुसी उस जोन चो बाहर निकल जांदे हो, लेकिन फिर भी इन्हां ने जड़ा सानू सही बन के रखिया फनकार है ना, जड़ा सही एक आर्टिस्ट आर्टिस्ट। है, वो अपने आप नूं लिआंदा उस मूड च, नो यस मैटर वॉट होया होवे। एक कमेंट जरूर पढ़ांगा मैं, शहीद बुट्टा जी लिख रहे हैं, नाइस सिंगिंग मदद जी नूं, हाँ ते लिख रहे काइंडली हाँ उरशाद उस्ताद इरशाद अली मेहंदी नूं फिर लेके आओ तुसी, जरूर जी। असी कोशिश वैसे उन्होंने करांगे नाल कर चुके हैं एक एंड बार इंटरव्यू। व्हाट एन अमेजिंग आर्टिस्ट ही इज वन ऑफ माय फेवरेट आल्सो। जो जो अच्छा गा रहे हैं और अच्छा काम कर रहे हैं साडे ऑलरेडी फेवरेट ने हो, क्योंकि उन्होंने ऑलरेडी अपना वो काम कर रहे हैं जो देखो ऑडियंस दे साढ़े अगर वो जाना सारे चाहते हैं। फेवरेट्स ने जोड़े कॉमेंट पा रहे हैं, वो साढ़े लिए बहुत सिर मत्थे ते ने, जोड़े इस टैलेंट नू प्रमोट कर रहे हैं वो भी साढ़े लिए सिर मत्थे ते ने। ते वंस अगेन असी थोड़े सारे तो इजाजत लवेंगे, ते लेकिन तुहानू अगले आने वाले जिहड़े आर्टिस्ट ने उन्हां नाल भी तुहानू तारुफ करा दिता जाए कि नैक्सट सानू कौन ज्वाइन कर रहे हैं। ए जी मेहंदी हसन खान साहब नू फॉलो करते हैं, बहुत अच्छा गाते हैं, यंग टैलेंट है। यंग तो नहीं कहेंगे क्योंकि 6 के 7 जनरेशन तो गाते आ रहे हैं मेहताब मेहंदी हसन, और ये राजस्थान तो आ रहे ने। बड़ा मतलब जो यंग बच्चों नू भी देखते हैं असं इस काम के विच तो सानू अच्छा लगता है। मदर जी तुसी सानू हैंगअप कर सकते हो फोन नू, और तुसी हुण हवा पखा पुखा चला सकते हो। बहुत बहुत शुक्रिया। थैंक यू थैंक बहुत यू शुक्रिया। ते चलो मेहताब इसी मेहंदी हसन जी जी। नू आपां अगले संडे सुनांगे। वंस अगेन सारे का बहुत बहुत धन्यवाद, बहुत बहुत और एक और एक शुक्रिया। और एक और एक जाते जाते मैं एजाज शेर अली जी का न्यू सॉन्ग है, इनू जरूर सुनियो, जान जान पहचान पहचान हुई। हुई इनू तुसी किस तरह वेख सकते हो, टाइप करो आइदर एजाज शेर अली और अबीरा शाह, या फिर तुसी टाइप कर सकते हो उस्ताद शेर अली, उस्ताद मेहर अली, इन्हां दे पेज तो ये रिलीज़ होया सॉन्ग। प्लीज़ डू गिव थम्स अप, कमेंट्स, लव, सपोर्ट, वट एवर यू फील लाइक। तुहानू जो लगता है इस गाने नू सुन के जो जो फील हुंदा है, क्योंकि आर्टिस्ट जिहड़ा है वो फनकारा वास्ते ही है, सॉरी लिसनर वास्ते ही है, तो वो जिहड़े लिसनर अगर उस चीज़ नू नहीं, पसंद करते हैं, आर्टिस्ट प्रेज़ फनकार, करते हैं। आर्टिस्ट फनकारा लिए भी है, हाँ ये भी गल है, फनकार भी सुनते हैं यू नो। असीं ये बिल्कुल सही गल है। और बड़ी खुशी हुंदी है जदों कोई आर्टिस्ट कोई नवी चीज़ लैके आंदे ने, किसी नवे चेहरे नू मौका दिंदे ने, किसी न्यू वॉइस नू मौका दिंदे है। सो जी इंग्लैंड तो कुड़ी है अबीरा शाह, बहुत अच्छा गाँदी है, तो डेफिनेटली गो हैड एंड चैक इट आउट। और असीं हुण अगेन माफ़ी चाहवांगे पहली गल तो इंटरनेट वालों कि बहुत तकलीफ हुंदी है जदों इन्ना अच्छा शो कोई इलैक्ट्रिक सिटी की वजह नाल या किसी टेक्निकल इशू दे नाल खराब एंड हुंदी बहुत है। बहुत थैंक यू वंस अगेन, जेड़े शो कट्टन तो बाद दोबारा वापिस शुरू आए होने ने, तो वापस वापिस आते आए हैं। ने, आई थिंक रियल मायने जो तुसी माई टीवी हो, बिल्कुल, यू आर माई टीवी। यू आर ट्रू म्यूजिक लवर। सो इसे नोट ते करिए, सत असी श्री अकाल। अलविदा लेने हैं एंड सत श्री अकाल कहने हैं जी। हुन टाइम हो गया है मिस्टर गिल किसका, लेकिन जाने से पहले साडे फेसबुक पेज नू सब्सक्राइब करो, यूट्यूब नू सब्सक्राइब करो, डू कमेंट एंड डू शेयर गाइस, वी डू नीड योर लव एंड सपोर्ट। सो हुन टाइम हो गया है मिस्टर गिल किसका, पैसा बनाने का, क्या जाने का। एडवर्टाइजिंग का। थैंक यू जी, बाय बाय, रब रखा। Ram Ji Astrologer, everything begins with faith. We walk by faith, not by sight. Ram Ji is in the USA.
Virginia offers reliable and practical astrology solutions to all of life's problems. Confidentiality promise. Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Welcome to the world of entertainment, connecting people with culture. Enjoy one app for TV shows and 24/7.